ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਦਰਸ਼ਨ ਸਿੰਘ ਜੀ ਬਲੇਰ ਕੋਟਲਾ ਤੋਂ ਸਾਡੇ ਨਾਲ ਜੁੜੇ ਨੇ ਦਰਸ਼ਨ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂਜੀ ਜੀ ਦਰਸ਼ਨ ਸਿੰਘ ਜੀ ਆਪਣੀ رائے ਰੱਖੋ ਠੀਕ ਹੈ ਅਸੀਂ ਬੋਲ ਰਹੇ ਨੇ ਜੀ 9 ਸਾਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਕਿਸਾਨ ਰੋੜ ਰਿਹਾ ਜੀ ਕੋਈ ਮੰਡੀ ਦੇ ਵਿੱਚ ਨਾ ਜੀਰੀ ਵਿਕੀ ਸਹੀ ਟਾਈਮ ਤੇ ਨਾ ਕਣਕ ਵਿਕੀ ਆ ਮਲੂਕਾ ਜਿਹੜਾ ਬਿਲਕੁਲ ਝੂਠ ਬੋਲਦਾ ਜੀ दर्शन सिंह जी बहुत बहुत धन्यवाद कॉल करने के लिए इस नाल ही मैं अपने दर्शकों नूं भी दरखास्त करूंगी जो भी तुसी कॉल करो कृपा करके सभ्य भाषा का इस्तेमाल करो क्योंकि साढ़े जड़े मेहमान ने काफ़ी सन्मान योग ने अते उम्मीद करते हैं कि तुसी सभ्य भाषा का इस्तेमाल करोगे साढ़े नाल अगले कॉलर जुड़ चुके हैं अजैब सिंह जी अमृतसर तो साढ़े नाल जुड़ गए हैं अजैब सिंह जी की कहना चाहोगे मैडम जी मेरा सवाल है कि मैं मलूका साहब नूं सवाल करना है कि किसान नूं मंडी दे विच भावें दो दिन चार दिन बैठना पवे कोई गल नहीं पैसे भी दस दिन बाद विच मिल जाने तां भी कोई गल नहीं लेकिन किसान नूं कीमत चाहीदी है उहदी फसल की जद तक किसान नूं उहदी फसल की कीमत नहीं मिल रही तो किसान लुटिया जा रहा है मेरा कहना है कि इन्हूं स्वामीनाथन रिपोर्ट भी कुछ नहीं करूंगी जी ठीक है अजैब सिंह जी बहुत बहुत धन्यवाद थोड़ा कॉल करने दे लई कई तरह के सवाल ने जो दर्शकों के मन भी ने किसानों के मन भी ने ते साडे खास मेहमान लगातार साडे नाल बने हुए ने कर्नल सीडी कंबोज जी हुण मैं तुहाडे कोल आऊंगी मलूका साहब कह रहे ने कि पूरे प्रबंध ने बिल्कुल ठीक ठाक ने अदायगी भी सही समय से होगी सब काम ठीक हो गए ਕੀ ਤੁਸੀਂ ਇਸ ਭਰੋਸੇ ਤੇ ਭਰੋਸਾ ਜਤਾਉਂਦੇ ਹੋ ਇਸ ਤੋਂ ਪਹਿਲਾਂ ਕਿ ਇੰਦਰਜੀਤ ਜੀ ਮੈਂ ਤੁਹਾਡੀ ਗੱਲ ਦਾ ਜਵਾਬ ਦਿਆਂ ਆਪਣਾ ਛੋਟੇ ਵੀਰ ਇਹਨਾਂ ਦਾ ਮੈਂ ਕਾਂਗਰਸ ਵਾਲੇ ਇਹਨਾਂ ਦਾ ਜਵਾਬ ਦੇ ਦਵਾਂ ਸੁਬਰਾਮਨੀਅਮ ਜੀ ਦਾ ਜੀ ਇਹ ਕਹਿੰਦੇ ਵੀ ਜੀ ਕਣਕ ਜਿਹੜੀ ਹੈ ਉਹ ਪੰਜਾਬ 'ਚ ਕੰਜ਼ਿਊਮ ਹੁੰਦੀ ਹੈ ਸੌਰੀ ਅਸੀਂ ਪੰਜਾਬ ਜਿਹੜਾ ਹੈ ਸਭ ਤੋਂ ਜ਼ਿਆਦਾ ਕਣਕ ਸੈਂਟਰ ਪੂਲ ਵਿੱਚ ਭੇਜਦੇ ਹੈਗੇ ਹਾਂ ਅਤੇ ਲੇਕਿਨ ਕਣਕ ਨਾਲੋਂ ਝੋਨੇ ਦਾ ਖਲਾਰਾ ਬਹੁਤ ਜ਼ਿਆਦਾ ਹੁੰਦਾ ਉਹਦਾ ਵਾਲੀਅਮ ਬਹੁਤ ਜ਼ਿਆਦਾ ਹੁੰਦਾ ਉਹਦੇ ਲਈ ਜ਼ਿਆਦਾ ਟਰੱਕ ਚਾਹੀਦੇ ਨੇ ਢੋਟਵਾਏ ਲਈ ਉਹਨੂੰ ਸੰਭਾਲਣ ਲਈ ਔਰ ਉਹਦੇ ਵਿੱਚ ਇੱਕ ਪਰਟੀਕੁਲਰ ਪੀਰੀਅਡ ਦੇ ਵਿੱਚ ਉਹਨੂੰ ਜਲਦੀ ਤੋਂ ਜਲਦੀ ਚੁੱਕਣਾ ਪੈਂਦਾ ਉਸ ਵੇਲੇ ਮੀਂਹ ਆਉਣ ਦਾ ਵੀ ਬੜਾ ਖਰਚਾ ਹੁੰਦਾ ਦੂਸਰੀ ਗੱਲ ਸੁਬਰਾਮਨੀਅਮ ਸਾਹਿਬ ਨੇ ਕਹੀ ਕਿ ਸਵਾਮੀਨਾਥਨ ਕਮਿਸ਼ਨ ਲਾਗੂ ਨਹੀਂ ਕੀਤਾ ਅਕਾਲੀਆਂ ਨੇ ਨਹੀਂ ਕੀਤਾ ਬੀਜੇਪੀ ਨੇ ਲੇਕਿਨ 2006 ਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਈ ਤੁਸੀਂ 2006 ਤੋਂ ਲੈ ਕੇ 2014 ਤੱਕ ਤੁਸੀਂ ਕੀ ਕੀਤਾ ਨਾ ਇਹਨਾਂ ਨੇ ਕੁਛ ਕੀਤਾ ਅਤੇ ਨਾ ਹੁਣ ਉਹਨਾਂ ਨੇ ਕੁਛ ਕੀਤਾ ਸੋ ਤੁਸੀਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਈ ਜਾਓ ਹਕੀਕਤ ਇਹ ਹੈ ਕਿ ਕਿਸਾਨ ਵਾਸਤੇ ਕੁਛ ਨਹੀਂ ਕੀਤਾ ਜਿਹੜਾ ਮੇਰਾ ਵੀਰ ਗੱਲ ਕਰ ਰਿਹਾ ਸੀ ਸਵਾਮੀਨਾਥਨ ਕਮਿਸ਼ਨ ਦੀ ਕਿ ਬਈ ਉਹ ਖਾਦਾਂ ਔਰ ਰੇਟ ਵੱਧ ਕੇ ਜਾਣਗੇ ਜੇ ਉਹ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ਾਂ ਜਾਂ ਸਵਾਮੀਨਾਥਨ ਤੇ ਅਸੀਂ ਚਰਚਾ ਨਹੀਂ ਕਰ ਰਹੇ ਅਸੀਂ ਅੱਜ ਦੇ ਹਾਲਾਤ ਤੇ ਚਰਚਾ ਕਰ ਰਹੇ ਹਾਂ ਝੋਨੇ ਦੇ ਬਾਰੇ ਮੈਂ ਚਾਹੂੰਗੀ ਕਿ ਤੁਸੀਂ ਕੀ ਰਾਏ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਕਿਉਂਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਪ੍ਰਬੰਧ ਮੁਕੰਮਲ ਨੇ ਅੱਜ ਦੀ ਗੱਲ ਹੈ ਮਲੂਕਾ ਸਾਹਿਬ ਨੇ ਗੱਲ ਸ਼ੁਰੂ ਕੀਤੀ ਨਹੀਂ ਮਲੂਕਾ ਸਾਹਿਬ ਨੇ ਗੱਲ ਸ਼ੁਰੂ ਕੀਤੀ ਟੀਵੀ ਤੇ ਬਾਹਰ ਬੈਠੇ ਜਦੋਂ ਇਹਨਾਂ ਨੂੰ ਬੋਲਣ ਨਹੀਂ ਕਿਹਾ ਸਾਰਾ ਅੱਖਰ ਇਹਨਾਂ ਦੇ ਮੂੰਹ ਚੋਂ ਨਿਕਲਿਆ ਦੋਨੋਂ ਝੂਠ ਬੋਲੀ ਜਾਂਦੇ ਨੇ ਨਾ ਡਿਬੇਟ 'ਚ ਸ਼ਾਮਿਲ ਸੀ ਨਾ ਵਾਸਤਾ ਇਹਨਾਂ ਨੇ ਇੱਕ ਤਕੀਆ ਕਲਾਮ ਬਣਾਇਆ ਹੋਇਆ ਔਰ ਇਹਨਾਂ ਨੂੰ ਇਹ ਪੁੱਛੋ ਕਿ ਕਣਕ ਜਿਹੜੀ ਹੈ ਚੁੱਕੀ ਤਾਂ ਗਈ ਪਰ ਉਹਨਾਂ ਨੂੰ 2 ਮਹੀਨੇ ਤੱਕ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਉਹਦਾ ਕੌਣ ਜ਼ਿੰਮੇਵਾਰ ਹੈ ਔਰ ਇੱਕ ਕਹਿੰਦੇ ਨੇ ਜੀ ਕਿਸਾਨ ਬੜਾ ਖੁਸ਼ਹਾਲ ਹੈ ਪੰਜਾਬ ਦਾ ਕਿਸਾਨ ਕੰਗਾਲ ਨਹੀਂ ਹੈ ਜੀ ਮਲੂਕਾ ਸਾਹਿਬ ਜੀ ਗੱਲ ਇਹ ਹੈ ਮੈਂ ਤੁਹਾਨੂੰ 2 ਐਗਜ਼ਾਮਪਲਾਂ ਦਿੰਦਾ ਸਾਡੇ ਮੰਤਰੀ ਜੀ ਨੇ ਅਜੀਤ ਸਿੰਘ ਕੁਹਾੜ ਵੱਖ ਹੋਏ ਤਾਂ ਉਹਨਾਂ ਕੋਲ 7 ਕਿੱਲੇ ਜ਼ਮੀਨ ਆਈ ਸੀ ਅੱਜ ਉਹਨਾਂ ਦੀ ਦੌਲਤ ਦਾ ਪਤਾ ਨਹੀਂ ਕੋਈ ਹਿਸਾਬ ਕਿਤਾਬ ਨਹੀਂ ਹੈ ਉਹ ਖੁਸ਼ਹਾਲ ਹੋਏ ਨੇ ਬਾਦਲ ਸਾਹਿਬ ਖੁਸ਼ਹਾਲ ਹੋਏ ਨੇ ਤੁਹਾਡੇ ਵਰਗੇ ਸਭ ਸੱਜਣ ਜਿਹੜੇ ਨੇ ਖੁਸ਼ਹਾਲ ਹੋਏ ਨੇ ਪਰ ਪੰਜਾਬ ਦਾ ਕਿਸਾਨ ਜੇ ਖੁਦਕੁਸ਼ੀਆਂ ਕਰ ਰਿਹਾ ਤਾਂ ਖੁਸ਼ੀ ਦੇ ਮਾਰਾ ਨਹੀਂ ਕਰ ਰਿਹਾ ਉਹਦਾ ਦਿਲ ਨਹੀਂ ਕਰਦਾ ਖੁਦਕੁਸ਼ੀ ਕਰਨ ਨੂੰ ਔਰ ਇਹਨਾਂ ਨੇ ਕਿਹਾ ਖੁਸ਼ਹਾਲ ਬੜੇ ਮੈਂ ਤੁਹਾਨੂੰ ਐਗਜ਼ਾਮਪਲ ਨਹੀਂ ਕਹਿੰਦਾ ਮੈਂ ਤੁਹਾਨੂੰ ਅੰਕੜੇ ਦੱਸਦਾ ਇੱਕ ਟਾਈਮ ਸੀ ਪੰਜਾਬ ਦੀ ਪਰ ਕੈਪੀਟਾ ਇਨਕਮ ਪੂਰੇ ਹਿੰਦੁਸਤਾਨ 'ਚ ਨੰਬਰ 1 ਤੇ ਸੀ ਅੱਜ ਪੰਜਾਬ ਦੀ ਪਰ ਕੈਪੀਟਾ ਇਨਕਮ ਹਿੰਦੁਸਤਾਨ 'ਚ 14 ਨੰਬਰ ਤੇ ਹੈ ਤਾਂ ਪੰਜਾਬ ਦਾ ਕਿਸਾਨ 1 ਨੰਬਰ ਤੋਂ 14ਵੇਂ ਤੇ ਪਹੁੰਚ ਗਿਆ ਮਲੂਕਾ ਸਾਹਿਬ ਜੀ ਹਾਲੇ ਵੀ ਕਹਿੰਦੇ ਅਸੀਂ ਬੜੇ ਖੁਸ਼ਹਾਲ ਹਾਂ ਜੀ ਠੀਕ ਹੈ ਜੇ ਖੁਸ਼ਹਾਲ ਹਾਂ ਤੇ ਖੁਦਕਸ਼ੀਆਂ ਕਿਉਂ ਕਰ ਰਹੇ ਨੇ ਮਲੂਕਾ ਸਾਹਿਬ ਠੀਕ ਹੈ ਠੀਕ ਹੈ ਇਹਨਾਂ ਦਾ ਵੀ ਜਵਾਬ ਲਵਾਂਗੇ ਮਲੂਕਾ ਸਾਹਿਬ ਤੋਂ ਪਰ ਪਹਿਲੇ ਮੈਂ ਰਮਨ ਸੁਬਰਮਨੀਅਮ ਜੀ ਹੁਣ ਤੁਹਾਡੇ ਕੋਲ ਆਣਾ ਚਾਹੂੰਗੀ ਮਲੂਕਾ ਸਾਹਿਬ ਨੇ ਕਈ ਤਰ੍ਹਾਂ ਦੇ ਭਰੋਸੇ ਦਿੱਤੇ ਨੇ ਮਲੂਕਾ ਸਾਹਿਬ ਕਹਿ ਰਹੇ ਨੇ ਮੈਂ ਆਉਂਗੀ ਕਰਨਲ ਸਾਹਿਬ ਇੱਕ ਮਿੰਟ ਮੈਂ ਦੁਬਾਰਾ ਆਉਂਗੀ ਕਰਨਲ ਸਾਹਿਬ ਤੁਹਾਡੇ ਕੋਲ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਦਿਓ ਜੀ ਕਿ
रमन सुब्रमण्यम जी, मेरा सवाल हूं तुहाडे तो ही है, मलूका साहब ने कई तरह के भरोसे दिते ने, की तुसी इन्हां दे भरोसे ते भरोसा जताउंदे हो? कह रहे ने प्रोक्योरमेंट सही टाइम ते हो जाएगी, अदायगी भी सही टाइम ते हो जाएगी, क्यों शंका जताई जा रही है? मैडम पहला तो थोड़ा जा मैं इस गल नूं कह रहा कि जिहड़े इन्ने वड्डे मिनिस्टर ने जिन्हां नूं अनारकी और अनारकली दा कोई फर्क नहीं पता। मैडम सर अनारकी जिहड़ी हुंदी है लॉलेसनेस हुंदी है, अनारकली जिहड़ी हैगी है वो नाच गाणा एक किसी कवित्री दा नाम है, नंबर वन। नंबर दो मैं जिहड़ी तुहानूं गल कहना चाहना पिया मैं भी असीं झूठ नहीं बोल रहे हैं, झूठ तुहाडे कहण नाल नहीं साडा होणा, गल है वी जो आंकड़े हैगे उही बोलने। मैं जिहड़ी तुहानूं गल दसना चाहना वा, इह कहिंदे आ वी किसान जिहड़ा हैगा वा खुशहाल होया वै या पंजाब च खुशहाली आई है। हकीकतन गल ये वै कि जिहड़ा 2004 दे विच जिहड़े औसतन एक किसान दे उत्ते 3000 रुपया पर 3000 पर किसान जिहड़ा कर्जा सीगा वह अज की डेट च 57000 दे नेड़े तेड़े पर किसान दे उत्ते चढ़िया होया वै, नंबर वन। पंजाब दे विच जिहड़ी हैगी है जिहड़ियां खुदकुशियां जिहड़ियां कंबो साहब ने कहा वा वह लगातार वध रहियां, खुदकुशियां कोई जान के नहीं करेगा, वह मंदहाली का एक शिकार है। मैं एक कंबो साहब नूं यह भी गल दसना चाहना वा जिहड़ी इन्होंने कहा भी 2006 च स्वामीनाथन कमिशन की रिपोर्ट आ गई, ਤੇ ਉਹ ਜਿਹੜੀ ਕਮਿਸ਼ਨ ਦੀ ਰਿਪੋਰਟ ਅਸੀਂ 2014 ਤੱਕ ਕਿਉਂ ਇੰਪਲੀਮੈਂਟ ਨਹੀਂ ਕੀਤੀ? ਇਸ ਤੇ ਗੱਲ ਰਮਨ ਸਾਹਿਬ ਮੈਂ ਤੁਹਾਨੂੰ ਵੀ ਉਹੀ ਦਰਖਾਸਤ ਕਰੂੰਗੀ, ਕਰਨਲ ਸਾਹਿਬ ਨੂੰ ਮੇਰੀ ਗੱਲ ਸੁਣੋ, ਮੈਂ ਇਹ ਗੱਲ ਦਾ ਜਵਾਬ ਦੇਣਾ ਪੈਣਾ, ਇਹ ਗੱਲ ਦਾ ਜਵਾਬ ਦੇਣਾ ਪੈਣਾ ਮੈਂ ਨਹੀਂ ਰਮਨ ਸਾਹਿਬ ਜਵਾਬ ਦੇਣਾ ਪੈਣਾ ਰਮਨ ਸਾਹਿਬ ਅੱਜ ਦਾ ਮੁੱਦਾ ਅਸੀਂ ਪੈਟੀ ਪ੍ਰੋਕਿਉਰਮੈਂਟ ਤੇ ਕਰ ਰਹੇ ਹਾਂ ਸਰ 2014 जी, चोने ते मैं चाहूंगी तुसी चोने ते अपनी राय रखो क्योंकि समय बहुत घट है, इस करके मैं चाहनी है कि मसले का हल हो सके। जी अच्छा जताया है जी, मैं सर मैडम 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 जिहड़ा कैप्टन साहब ने खदशा जताया वा वह गल बिल्कुल ठीक है कि जे पिछले लगातार जिहड़ा अज दी अज 12,200 करोड़ का जिहड़ा मुद्दा वा अज तक इन्होंने रिजोल्व नहीं किया। अज भी जिहड़ी हैगी है 4-5 दिन पहला या हफ्ता पहला एक हिंदी दी अखबार दे विच एक बड़े मशहूर जिहड़े इन्हां दे अकाली दल अकाली अजीत दे जिहड़े हमदर्द साहब ने एक आर्टिकल लिखिया सीगा कि जिहड़ा 12,200 करोड़ का जिहड़ा इन्हां दा पेंडिंग जिहड़ा इशू हैगा हले तक रिजोल्व नहीं होया और ये पेंडिंग इशू हले भी कॉन्टीन्यू करेगा और आने वाले टाइम दे विच इन्हां दे जदों इलैक्शन दे नाल कंसाइड हो जाएगा प्रोक्योरमेंट तो होएगी पर पेमेंटा जिहड़ियां वा ओह पेमेंटा फिर डिले हो जाणगियां और इसे करके ये जिहड़ी गल हैगी है ये गल बिल्कुल उन्होंने एक लिखिया और इन्होंने कितने भी दोबारा इन्होंने खंडन नहीं किया। यानी कि तुसीं कह रहे हो कि हले भी शंका बरकरार है कि प्रोक्योरमेंट होएगी पर अदायगी सही समय ते नहीं होएगी। मलूका साहब इशू उस तरह में कैश क्रेडिट लिमिट दा प्रोक्योरमेंट हो जाएगी। मलूका साहब मैं इससे तो आ रही थी कि कैश क्रेडिट लिमिट जो है जारी होने ते कनक दी अदायगी दे वेले समय लग गया कि इस बार असीं निश्चित तौर ते कह सकदे हां कि सानूं इस बार दिक्कत नहीं आएगी, साडे किसान भरावां नूं इस बार दिक्कत नहीं आएगी अदायगी दी। मलूका साहब मेरा सवाल तुहाडे तों है। मैडम मैं जिहड़ी गल मेरी गल कंप्लीट करन दिओ, मैनूं गल कंप्लीट करन दिओ प्लीज। ਇਹਨਾਂ ਤੋਂ ਫਿਰ ਐਂ ਕਰੋ, ਇਹਨਾਂ ਨੂੰ ਕਹੋ ਕਿ ਵਾਈਟ ਪੇਪਰ ਜਾਰੀ ਕਰਨ ਕਿ ਉੱਥੋਂ ਦੀ ਸੈਂਟਰ ਦੀ ਉਹ ਉੱਥੋਂ ਦੀ ਇਹਨਾਂ ਦੀ ਭਾਈਵਾਲ ਸਰਕਾਰ ਹੈ ਉਹ ਕਹੇ ਕਿ ਵੀ ਸਾਡਾ ਇਹਨਾਂ ਨਾਲ ਹੁਣ ਹਿਸਾਬ ਕਿਤਾਬ ਪੂਰਾ ਹੋ ਗਿਆ ਵੈ, ਇਹਨਾਂ ਦਾ ਸਟਾਕ ਸਾਡੇ ਨਾਲ ਟੈਲੀ ਕਰ ਗਿਆ ਵੈ, ਹੁਣ ਅੱਜ ਤੋਂ ਬਾਅਦ ਸਾਨੂੰ ਕੋਈ ਇਸ ਚੀਜ਼ ਦੀ ਪ੍ਰੋਬਲਮ ਨਹੀਂ ਆਏਗੀ। ਮੈਂ ਤੁਹਾਨੂੰ ਜਿਹੜੀ ਇਹ ਗੱਲ ਕਹਿਣਾ ਚਾਹੁੰਦਾ ਪਿਆ ਵਾਂ ਕਿ ਜਿਹੜੀ ਇਹ 2004 ਦੇ ਇਹਨਾਂ ਨੇ ਕਿਹਾ ਵੈ ਕੈਪਟਨ ਸਾਹਿਬ ਦੇ ਦੌਰਾਨ ਕਿ ਵੀ ਉਹਨਾਂ ਦੇ ਦੌਰਾਨ ਇਹ ਗੱਲ ਹੋਈ ਸੀ, ਇਹ ਵੀ ਬਿਲਕੁਲ ਇਹ ਗਲਤ ਬਿਆਨੀ ਕਰਦੇ ਪਏ ਨੇ। ਐਕਚੁਅਲ ਗੱਲ ਇਹ ਵੈ ਕਿ ਜਦੋਂ 2002 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਆਈ ਉਦੋਂ ਅਪਰੋਕਸੀਮੇਟਲੀ 4700 ਕਰੋੜ ਦਾ ਉਦੋਂ ਵੀ ਸਟਾਕ ਦੀ ਜਿਹੜੀ ਇਹਨਾਂ ਦੀ ਰੀਕਨਸੀਲੀਏਸ਼ਨ ਨਹੀਂ ਹੋ ਰਹੀ ਸੀਗੀ। ਉਹ ਕੈਪਟਨ ਸਾਹਿਬ ਨੇ ਉੱਥੇ ਕਾਂਗਰਸ ਦੀ ਸਰਕਾਰ ਦੇ ਨਾਲ ਮਿਲ ਮਿਲਾ ਕੇ ਇਹ ਜਿਹੜਾ ਹੈਗਾ ਵੈ ਉਸ ਚੀਜ਼ ਨੂੰ ਇਹਨਾਂ ਨੇ ਟੈਲੀ ਕਰਾਇਆ ਔਰ ਜਦੋਂ ਕੈਪਟਨ ਸਾਹਿਬ ਨੇ 2007 ਦੇ ਵਿੱਚ ਸਰਕਾਰ ਛੱਡੀ ਇੱਕ ਰੁਪਈਏ ਦਾ ਵੀ ਕਿਸੇ ਦਾ ਡਿਫਾਲਟ ਨਹੀਂ ਸੀਗਾ। ਇਹ ਟੋਟਲ ਜਿਹੜਾ 12,200 ਕਰੋੜ ਦਾ ਜਿਹੜਾ ਮਾਫ ਕਰਨਾ ਸਮਾਂ ਬਹੁਤ ਘੱਟ ਹੈ ਇਹ ਫੜਿਆ ਇਸ ਕਰਕੇ ਮੈਂ ਚਾਹੂੰਗੀ ਕਿ ਮਲੂਕਾ ਸਾਹਿਬ ਜਵਾਬ ਜਿਹੜਾ ਔਰ ਜਿਹੜਾ ਠੀਕ ਹੈ ਠੀਕ ਹੈ ਰਮਨ ਜੀ ਤੁਸੀਂ ਆਪਣੀ ਗੱਲ ਰੱਖ ਲਈ ਹੈ। ਫਲੈਗ ਕੀਤਾ ਕਿ ਵੀ ਤੁਸੀਂ ਜਿਹੜੇ ਇਹਨਾਂ ਨੂੰ ਲੋਨ ਦਿੱਤੇ ਹੋਏ ਆ ਇਹ ਲੋਨ ਤੁਹਾਡੇ ਕੋਲੇ ਸਟਾਕ ਦੇ ਨਾਲ ਟੈਲੀ ਨਹੀਂ ਕਰਦੇ ਠੀਕ ਹੈ ਰਮਨ ਜੀ ਠੀਕ ਹੈ ਹੁਣ ਤੁਸੀਂ ਜਵਾਬ ਵੀ ਲੈ ਸੁਣ ਲਓ ਅਸੀਂ ਬਿਲਕੁਲ ਠੀਕ ਹੈ ਮਲੂਕਾ ਸਾਹਿਬ ਕੀ ਇਸ ਵਾਰ ਕੈਸ਼ ਕ੍ਰੈਡਿਟ ਲਿਮਿਟ ਦੀ ਦਿੱਕਤ ਤਾਂ ਨਹੀਂ ਆਏਗੀ ਕੀ ਅਦਾਇਗੀ ਦੇ ਵੇਲੇ ਕਿਸਾਨਾਂ ਨੂੰ ਕੋਈ ਦੇਰੀ ਨਹੀਂ ਹੋਏਗੀ ਇਹ ਚੁੱਪ ਕਰਨਗੇ ਤਾਂ ਜਵਾਬ ਤਾਂ ਹੀ ਦੇਊਂਗਾ ਨਾ ਜੀ ਰਮਨ ਜੀ ਮੈਂ ਤੁਹਾਨੂੰ ਦਰਖਾਸਤ ਕਰ ਰਹੀ ਹਾਂ ਜੀ ਮਲੂਕਾ ਸਾਹਿਬ ਜੀ ਬੀਬਾ ਜੀ ਮੈਂ ਬੜਾ ਹੈਰਾਨ ਹਾਂ ਇਸ ਗੱਲ ਦੇ ਉੱਤੇ ਬੜੀਆਂ ਮਿੱਠੀਆਂ ਗੱਲਾਂ ਸੁਣਾ ਰਹੇ ਆ ਲੋਕਾਂ ਨੂੰ ਸਾਰੇ ਜਿਹੜੇ ਬੋਲਣ ਵਾਲੇ ਦੋਨੇ ਭਾਈ ਸਾਡੇ
ਇਹ ਜਿਹੜੀਆਂ ਬਿਮਾਰੀਆਂ ਨੇ, ਮੈਂ ਪਹਿਲਾਂ ਕਿਹਾ ਕਿ 1967 ਦੇ ਵਿੱਚ ਸਾਡੀ ਸਰਕਾਰ ਆਈ, ਉਦੋਂ ਤੋਂ ਹੀ ਕਿਸਾਨਾਂ ਦੀ ਗੱਲਾਂ ਸੋਚਣ ਲੱਗੇ, ਪੱਕੇ ਭਾਅ ਬੰਨੇ, ਉਦੋਂ ਸਾਰਾ ਕੁਝ ਜੋ ਕਰਨ ਲੱਗੇ ਉਦੋਂ ਤੋਂ ਹੀ ਸਾਰਾ ਸਿਸਟਮ ਕੀਤਾ। ਜੋ ਡਿਵੈਲਪਮੈਂਟ ਦੀ ਗੱਲ ਹੋਈ 20 ਸਾਲ ਪਹਿਲਾਂ ਕਾਂਗਰਸ ਦਾ ਰਾਜ ਰਿਹਾ, ਜੇ ਸਹੀ ਮਿਹਨਤ 'ਚ ਗੱਲ ਕਰੀਏ ਤਾਂ ਜਿਹੜੀ ਸਾਰੀਆਂ ਬਿਮਾਰੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ, ਜਾਂ ਕਿਸਾਨਾਂ ਦੀਆਂ ਤਕਲੀਫਾਂ ਨੇ, ਜਾਂ ਮਜ਼ਦੂਰਾਂ ਦੀਆਂ ਤਕਲੀਫਾਂ ਨੇ, ਜਾਂ ਵਪਾਰੀਆਂ ਦੀਆਂ ਤਕਲੀਫਾਂ ਨੇ, ਇਹ ਸਾਰੀਆਂ ਬਿਮਾਰੀਆਂ ਪੈਦਾ ਤਾਂ ਕਾਂਗਰਸ ਨੇ ਕੀਤੀਆਂ ਨੇ। ਇਹ ਬਿਮਾਰੀਆਂ ਐਡੀ ਛੇਤੀ ਇਹਨਾਂ ਦਾ ਇਲਾਜ ਨਹੀਂ ਹੋਣਾ, ਜੇ ਆਪਾਂ ਕਹੀਏ ਲੱਗੇ ਹਾਂ ਅਸੀਂ ਕਰਨ, ਪਰ ਇਹ ਸਾਰੀਆਂ ਇੰਨੀਆਂ ਬਿਮਾਰੀਆਂ ਪੈਦਾ ਕਰਕੇ ਛੱਡ ਗਏ ਨੇ। ਮੈਂ ਪੁੱਛਦਾ ਹਾਂ ਕਿ ਪੰਜਾਬ ਦੇ ਵਿੱਚ ਤਾਂ ਅਸੀਂ ਦੇਖੋ ਕਣਕ ਖਰੀਦਦੇ ਹਾਂ, ਚਲੋ 2-4 ਦਿਨ ਕੋਈ ਚੀਜ਼ ਲੇਟ ਵੀ ਹੋ ਜਾਂਦੀ ਹੈ, ਝੋਨਾ ਖਰੀਦਦੇ ਹਾਂ, ਬਹੁਤ ਵੱਡਾ ਸਿਸਟਮ ਹੈ, ਭਾਵੇਂ ਖਰੀਦ ਕੇ ਸੈਂਟਰ ਨੂੰ ਦਿੰਦੇ ਹਾਂ, ਇਹ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਖਰੀਦ ਸਾਰੀ ਕਰਕੇ ਝੋਨੇ ਦੀ ਟੋਟਲ ਅਤੇ ਦੂਜੀ ਕਣਕ ਦੀ ਕਾਫ਼ੀ ਵੱਡਾ ਹਿੱਸਾ ਖਰੀਦ ਕੇ ਸੈਂਟਰ ਗੌਰਮੈਂਟ ਨੂੰ ਦਿੰਦੇ ਹਾਂ। ਜੇ ਇਹ ਕਾਂਗਰਸ ਵਾਲੇ ਇੰਨੇ ਕਿਸਾਨਾਂ ਦੇ ਹਮਦਰਦ ਹੈ ਤਾਂ ਬਾਕੀ ਹਿੰਦੁਸਤਾਨ 'ਚ ਕਿਉਂ ਨਹੀਂ ਖਰੀਦਦੇ? ਬਾਕੀ ਕਿਸਾਨ ਸਾਰੇ ਹਿੰਦੁਸਤਾਨ 'ਚ ਲੁੱਟਿਆ ਜਾ ਰਿਹਾ। ਜੇ ਗੱਲਾਂ ਕਾਂਗਰਸ ਨੇ ਕੀਤੀਆਂ ਹੁੰਦੀਆਂ ਕਿਸਾਨ ਦੇ ਚੰਗੇ ਵਾਸਤੇ, ਫਿਰ ਯੂਪੀ 'ਚ ਵੀ ਹੁੰਦਾ, ਫਿਰ ਬਿਹਾਰ 'ਚ ਵੀ ਹੁੰਦਾ, ਫਿਰ ਮਹਾਰਾਸ਼ਟਰ 'ਚ ਵੀ ਹੁੰਦਾ, ਉੱਥੇ ਤਾਂ ਕਿਤੇ ਵੀ ਇਹ ਸਿਸਟਮ ਨਹੀਂ। ਸੋ ਮੈਂ ਫਿਰ ਕਹਿੰਦਾ ਹੈ ਕਿ ਅਸੀਂ ਪੂਰਾ ਸਾਰੇ ਇੰਤਜ਼ਾਮ ਕਰ ਲਏ ਨੇ, ਕੋਈ ਇਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਨਾ ਕੋਈ ਪੰਜਾਬ 'ਚ ਬਦਅਮ ਨਹੀਂ ਫੈਲਣ ਦੇਵਾਂਗੇ, ਨਾ ਕਿਸੇ ਨੂੰ ਕੋਈ ਹੋਰ ਗਲਤ ਗੱਲ ਕਰਨ ਦੇਵਾਂਗੇ। ਦਾਣਾ ਦਾਣਾ ਕਿਸਾਨ ਦਾ ਡਿਊਟੀ ਹੈ ਸਰਕਾਰ ਦੀ, ਅਸੀਂ ਚੱਕਾਂਗੇ। ਮੈਂ ਅੱਜ ਵੀ ਕਹਿੰਦਾ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਦੂਜੇ ਸੂਬਿਆਂ ਨੂੰ ਬਹੁਤ ਬੈਟਰ ਹੈ, ਜਿਹੜੇ ਮਰਜ਼ੀ ਸੂਬੇ 'ਚ ਮੇਰੇ ਨਾਲ ਚੱਲ ਪੜਨ, ਇਹ ਕਿਤੇ ਸਾਥੋਂ ਬੈਟਰ ਕਿਸਾਨ ਦੀ ਹਾਲਤ ਪਕਾ ਦੇਣ। ਪਰ ਮੈਂ ਅੱਗੇ ਵੀ ਕਿਹਾ, ਹੁਣ ਵੀ ਕਹਿੰਦਾ ਕਿ ਹਲੇ ਹੋਰ ਬਹੁਤ ਵਧੀਆ ਕਰਨ ਦੀ ਲੋੜ ਹੈ। ਪਰ ਇੱਕ ਮੈਂ ਸਾਡੇ ਭਰਾ ਬੈਠੇ ਨੇ ਕੰਬੋਜ ਸਾਹਿਬ, ਮੈਂ ਇਹਨਾਂ ਦੀ ਬੇਨਤੀ ਕਰਦਾ ਕਿ ਕੰਬੋਜ ਸਾਹਿਬ, ਤੁਸੀਂ ਤਾਂ ਰਾਜ ਕਦੇ ਆਇਆ ਨਹੀਂ ਅਤੇ ਨਾ ਤੁਹਾਡੇ ਆਉਣ ਦੀ ਕੋਈ ਸੰਭਾਵਨਾ ਹੈ, ਤੁਹਾਡੇ ਤਾਂ ਸ਼ੇਖ ਚਿੱਲੀ ਵਾਲੇ ਸੁਪਨੇ ਆ, ਉਹ ਰਹਿ ਜਾਣਗੇ। ਪਰ ਕਿਉਂਕਿ ਤੁਹਾਨੂੰ ਤਜਰਬਾ ਬਹੁਤ ਜ਼ਿਆਦਾ ਹੈ, ਕਿਉਂਕਿ ਤੁਸੀਂ ਪਹਿਲਾਂ ਫੌਜ 'ਚ ਸਰਵਿਸ ਕੀਤੀ ਹੈ, ਤੁਹਾਨੂੰ ਉਹਦਾ ਵੀ ਤਜਰਬਾ ਹੋ ਗਿਆ, ਫਿਰ ਤੁਸੀਂ ਕਾਂਗਰਸ ਪਾਰਟੀ 'ਚ ਵੀ ਰਹੇ, ਬਹੁਜਨ 'ਚ ਵੀ ਰਹੇ, ਅਕਾਲੀ ਦਲ 'ਚ ਵੀ ਰਹੇ, ਹੁਣ ਆਪ ਵਾਲਿਆਂ 'ਚ ਆ ਗਏ, ਤੁਹਾਨੂੰ ਤਾਂ ਤਜਰਬਾ ਲੋੜ ਤੋਂ ਜ਼ਿਆਦਾ ਹੋ ਚੁੱਕਿਆ। ਇਸ ਕਰਕੇ ਜ਼ਿਆਦਾ ਤਜਰਬੇ ਵਾਲਾ ਬੰਦਾ ਸ਼ਾਇਦ ਜ਼ਿਆਦਾ ਕੋਈ ਫਿਕਰਾਂ ਲੈ ਕੇ ਰੱਖਦਾ ਹੋਵੇ, ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਹਲੇ 2017 ਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਤੁਹਾਡਾ ਰਾਜ ਭਾਗ ਤਾਂ ਆਉਣਾ ਨਹੀਂ, ਸਬਜ਼ ਬਾਗ ਜਿੰਨੇ ਮਰਜ਼ੀ ਵਿਖਾ ਦਿਓ ਲੋਕਾਂ ਨੂੰ, ਜਿੰਨਾ ਮਰਜ਼ੀ ਝੂਠੇ ਲਾਰੇ ਲਾ ਦਿਓ ਲੋਕਾਂ ਨੂੰ, ਕੋਈ ਫਰਕ ਨਹੀਂ ਪੈਂਦਾ। ਪਰ ਪੰਜਾਬ ਦੇ ਲੋਕ ਜਾਣਦੇ ਨੇ ਕੌਣ ਸਾਡਾ ਹਮਦਰਦ ਹੈ, ਕੌਣ ਸਾਡਾ ਦੋਸ਼ੀ ਹੈ। ਜਿੰਨੀਆਂ ਸਹੂਲਤਾਂ ਅਕਾਲੀ ਦਲ ਦੇ ਸਕਦਾ ਸੀ, ਸਿਰਫ ਇੱਕ ਭਰੋਸਾ ਜੋ ਕਿਸਾਨਾਂ ਦੇ ਲਈ ਆ ਜਾਣਾ ਚਾਹੁੰਦੇ ਮੇਰਾ ਲੈ ਲਓ ਜੀ, ਬਾਕੀ ਫਿਰ ਬਿਲਕੁਲ ਸਰ ਤੁਸੀਂ ਆਪਣੀ ਗੱਲ ਰੱਖਿਓ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ। ਕਿ ਜਿੰਨਾ ਜੀ ਸੁਣ ਲਓ ਕਿ ਜਿੰਨੀਆਂ ਚੀਜ਼ਾਂ ਅਸੀਂ ਖਰੀਦਦਾ ਪੰਜਾਬ ਦਾ ਕਿਸਾਨ, ਉਹ ਸਾਰੀਆਂ ਦੇ ਭਾਅ ਵੀ ਸੈਂਟਰ ਗੌਰਮੈਂਟ ਬੰਦ ਹੈ। ਸੈਂਟਰ 'ਚ ਰਾਜ ਕਿਸੇ ਦਾ ਵੀ ਹੋਵੇ, ਜ਼ਿਆਦਾ ਚਿਰ ਕਾਂਗਰਸ ਦਾ ਹੀ ਰਿਹਾ। ਜਿੰਨੀਆਂ ਚੀਜ਼ਾਂ ਇੱਥੋਂ ਕਿਸਾਨ ਵੇਚਦਾ ਉਹਦੇ ਭਾਅ ਵੀ ਸੈਂਟਰ ਗੌਰਮੈਂਟ ਬੰਦ ਹੈ, ਜਿੰਨੀਆਂ ਖਰੀਦਦਾ ਉਹਦਾ ਭਾਅ ਵੀ ਸੈਂਟਰ ਗੌਰਮੈਂਟ ਬੰਦ ਹੀ ਹੈ। ਸਾਡੇ ਕੋਲ ਜਿੰਨਾ ਦੇਣ ਨੂੰ ਸੀ ਕਿਸਾਨ ਵਾਸਤੇ, 6,000 ਕਰੋੜ ਰੁਪਇਆ, ਆਹ ਜਿਹੜੇ ਬੋਲਦੇ ਨਾ ਗੱਲਾਂ ਕਰਦੇ ਆ ਤੁਹਾਡੇ ਕਾਲਰ, ਇਹਨਾਂ ਦੇ ਵੀ ਜਾਣ ਬੁੱਝ ਕੇ ਕਰਦੇ, ਮੈਨੂੰ ਪਤਾ ਕੌਣ ਲੋਕ ਨੇ ਇਹ, ਪਰ ਮੈਂ ਕਹਿੰਦਾ 6,000 ਕਰੋੜ ਰੁਪਇਆ ਕਿਸਾਨਾਂ ਨੂੰ ਹਰ ਸਾਲ ਪੰਜਾਬ ਸਰਕਾਰ ਦਿੰਦੀ ਹੈ, ਕਿਸੇ ਸੂਬੇ ਦੀ ਸਰਕਾਰ ਨਹੀਂ ਦਿੰਦੀ, ਜਿੱਥੇ ਮਰਜ਼ੀ ਚੱਲੋ। ਇਹ ਫੋਕੇ ਕਿਸਾਨਾਂ ਦੇ ਹਮਦਰਦ ਬੈਠੇ ਆ, ਦੱਸਣ ਤਾਂ ਸਹੀ ਕਾਂਗਰਸ ਨੇ ਕਿਸਾਨਾਂ ਲਈ ਕੀਤਾ ਕੀ ਆ? ਕੋਈ ਸਹੂਲਤ ਕਿਸਾਨਾਂ ਨੂੰ ਕਾਂਗਰਸ ਨੇ ਦਿੱਤੀ ਹੋਵੇ? ਸਹੂਲਤਾਂ ਦਿੱਤੀਆਂ ਅਕਾਲੀ ਦਲ ਜਲਦੀ ਨਾਲ, ਮੈਂ ਚਾਹੁੰਦੀ ਕਮਲ ਸਾਹਿਬ ਆਪਣੀ ਰਾਏ, ਆਪਣਾ ਦੀ ਗੱਲ ਮੈਂ ਇਸ ਕਰਕੇ ਨਹੀਂ ਕਰਦਾ ਤੁਹਾਡੀ ਸਰਕਾਰ ਹੈ ਮਲੂਕਾ ਸਾਹਿਬ, ਇੱਕ ਮਿੰਟ ਮੇਰੀ ਗੱਲ ਸੁਣੋ। ਤੁਹਾਨੂੰ ਜਿਹੜਾ ਇੱਕ ਕਿਸਾਨ ਹੈ, ਤੁਹਾਨੂੰ ਉਹਦੇ ਦਰਦ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹਨੇ ਜੇ ਉਹਦੇ ਬੱਚਿਆਂ ਦੀ ਫੀਸ ਜਾਣੀ ਹੈ, ਘਰ 'ਚ ਆਟਾ ਆਉਣਾ ਹੈ, ਕੱਪੜੇ ਆਉਣੇ ਹੈ, ਤਾਂ ਤੁਸੀਂ ਆਪਣੇ ਵੱਲ ਬੜੇ ਆਰਾਮ ਨਾਲ ਕਹਿਤਾ ਜੀ ਲੇਟ ਹੋ ਜਾਂਦੀ ਹੈ। ਕਿਉਂ ਲੇਟ ਹੋ ਜਾਂਦੀ ਹੈ? ਤੁਹਾਡੀ ਸਰਕਾਰ ਹੈ, ਤੁਹਾਨੂੰ ਪਤਾ ਨਹੀਂ ਕਿ ਕਿੰਨੀ ਕਣਕ ਆਉਣੀ ਹੈ? ਤੁਹਾਨੂੰ ਉਹਦਾ ਅਰੇਂਜਮੈਂਟ ਪਹਿਲਾਂ ਨਹੀਂ ਕਰਨਾ ਚਾਹੀਦਾ? ਤੁਹਾਡੀ ਹਿੰਦੁਸਤਾਨ ਦੀ ਸਰਕਾਰ ਨਾਲ ਝਗੜਾ ਹੈ ਤੇ ਵਿਚਾਰਾ ਨੱਥਾ ਸਿੰਘ ਜਿਹੜਾ ਹੈ ਉਹ ਕਿਉਂ ਦੁਖੀ ਹੋਵੇ? ਇਸ ਗੱਲ ਦਾ ਜਵਾਬ ਦਿਓ ਮਲੂਕਾ ਜੀ। ਬਿਲਕੁਲ, ਅਸੀਂ ਇਹੀ ਚਾਹੁੰਦੇ ਕਿ ਕੋਈ ਵੀ ਕਿਸਾਨ ਪੜਾਏ ਜੋ ਉਸ ਨੂੰ ਪਰੇਸ਼ਾਨੀ ਨਾ ਹੋਵੇ। ਤੁਸੀਂ ਚੰਗੇ, ਮਾਫ ਕਰਨਾ ਰਮਨ ਜੀ, ਤੁਹਾਡੇ ਕੋਲ ਨਹੀਂ ਆ ਸਕਾਂਗੀ, ਸਮਾਂ ਹੋ ਗਿਆ। ਤੁਸੀਂ ਇਹ ਕਹਿ ਕੇ ਖਿਹੜਾ ਨਹੀਂ ਚੜਾ ਸਕਦੇ? ਠੀਕ ਹੈ ਕਮੋਲ ਸਾਹਿਬ, ਜੀ ਇਹਨਾਂ ਨੂੰ ਪੁੱਛੋ ਇਸ ਗੱਲ ਤੋਂ। ਰਮਨ ਸਾਹਿਬ ਮਾਫ ਕਰਨਾ, ਸਮਾਂ ਹੋ ਗਿਆ। ਬਹੁਤ ਬਹੁਤ ਧੰਨਵਾਦ ਕਮੋਲ ਸਾਹਿਬ ਤੁਹਾਡਾ ਇਸ ਚਰਚਾ 'ਚ ਸ਼ਾਮਲ ਹੋਣ ਦੇ ਲਈ। ਰਮਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਿਕੰਦਰ ਸਿੰਘ ਮਲੂਕਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਜੋ ਹੈ ਝੋਨੇ ਦੀ ਚੁਕਾਈ ਵੀ ਸਹੀ ਸਮੇਂ ਤੇ ਹੋਏਗੀ ਅਤੇ ਅਦਾਇਗੀ ਵੀ ਸਹੀ ਸਮੇਂ ਤੇ ਹੋਏਗੀ। ਇੱਕ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛਿਆ ਸੀ, ਸਵਾਲ ਇਹ ਸੀ ਕਿ ਕੀ ਪੰਜਾਬ ਦੀਆਂ ਅਨਾਜ ਮੰਡੀਆਂ ਝੋਨੇ ਦੀ ਖਰੀਦ ਦੇ ਇੰਤਜ਼ਾਮ ਪੂਰੇ ਨੇ? ਤੁਸੀਂ ਕੀ ਸੋਚਦੇ ਹੋ? ਤੁਹਾਡੀ ਰਾਏ ਸਾਡੇ ਕੋਲ ਪਹੁੰਚੀ ਹੈ ਮੈਸੇਜ ਦੇ ਜ਼ਰੀਏ ਅਤੇ ਉਹ ਰਾਏ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ।
7% दर्शकों ने हाँ जवाब दिता है जबकि 93% दर्शकों ने ना दे जवाब भेजा। फिलहाल दे मुद्दे की बात चले, इजाजत दियो, धन्यवाद।